ਬੇਟਾ ਜਸਵੰਤ ਸਿੰਘ ਗੋਗੀ। ਅੱਛਾ ਜੀ, ਗੱਡੀ ਤੁਹਾਡੀ ਸੀਗੀ ਜੀ? ਹਾਂਜੀ, ਮੇਰੀ ਗੱਡੀ ਜੀ। ਕੌਣ ਤੁਹਾਡਾ ਬੇਟਾ ਚਲਾ ਰਿਹਾ ਸੀ? ਬੇਟਾ ਚਲਾ ਰਿਹਾ ਜੀ। ਕੀ ਕੰਮ ਕਰਦੇ? ਉਹ ਐਡਵੋਕੇਟ ਹੈ ਪੇਸ਼ੇ ਤੋਂ ਜੀ। ਅੱਛਾ ਜੀ, ਵਕੀਲ ਸਾਹਿਬ ਗੱਡੀ ਚਲਾ ਰਹੇ ਸੀ। ਹਾਂਜੀ, ਤੇ ਕਿੱਦਾਂ ਹਾਦਸਾ ਹੋਇਆ, ਕਿੱਥੇ ਕੁ ਹੋਇਆ ਜੀ? ਹਾਦਸਾ ਜੀ, ਕਾਂਟੀਆਂ ਰੋਡ ਦੇ ਉੱਤੇ ਅਸੀਂ ਕਰੋਸ ਕਰਦੇ ਸੀਗੇ ਤਾਂ ਖੱਬੇ ਪਾਸਿਓਂ ਸੱਜੇ ਨੂੰ ਗੁੱਜਾਂ ਦੀਆਂ ਮੱਝਾਂ ਤਿੰਨੇ ਚਾਰੇ ਹੀ ਦੌੜਦੀਆਂ ਆਈਆਂ, ਸਿੱਧੀਆਂ ਆ ਕੇ ਗੱਡੀ 'ਚ, ਚਲਦੀ ਗੱਡੀ 'ਚ ਵੱਜ ਗਈਆਂ। ਅਸੀਂ ਘੱਟ ਸਪੀਡ 'ਚ ਸੀਗੇ ਤਾਂ ਸਾਡਾ ਬਚਾਅ ਹੋ ਗਿਆ, ਨਹੀਂ ਤਾਂ ਨੁਕਸਾਨ। ਅਸੀਂ ਚਾਰ ਜਣੇ ਸੀਗੇ, ਮੈਂ ਤਾਂ ਮੇਰੀ ਮਿਸਿਜ, ਮੇਰਾ ਲੜਕਾ ਤਾਂ ਮਿਸਿਜ ਉਹਦੀ। ਠੀਕ ਹੈ ਜੀ, ਚਾਰ ਜਣੇ ਸੀਗੇ ਤਾਂ ਸੱਟਾਂ ਸਾਰਿਆਂ 'ਤੇ ਲੱਗੀਆਂ? ਸੱਟਾਂ ਲੱਗੀਆਂ, ਮੇਰੇ ਤਾਂ ਘਰੋਟ ਲੱਗੀ ਹੈ, ਵਕੀਲ ਸਾਹਿਬ ਦੇ ਬਚਾਅ ਆ, ਅਤੇ ਜਿਹੜਾ ਮੇਰੀ ਮਿਸਿਜ ਹੈਗੀ ਉਹਦੇ ਜਿਹੜੀ ਖੱਬੀ ਬਾਂਹ ਦੇ ਉਹ ਦੱਬ 'ਚ ਨਾਲ ਸੱਟ ਲੱਗੀ ਉਹਨਾਂ ਨੂੰ, ਉਹਨਾਂ ਨੂੰ ਫਸਟ ਲਈ ਭੇਜਿਆ ਹੈਗਾ। ਤਾਂ ਨੂੰਹ ਦੇ ਸਿਰ 'ਚ ਲੱਗੀ, ਜਦੋਂ ਜਗਦਾ ਬੱਜੀ ਦਾ ਖਿੜਕੀ ਲੱਗੀ ਉਹਦੇ ਸਿਰ। ਉਹਨਾਂ ਨੂੰ ਜਾ ਕਿੱਥੇ ਰਹੇ ਸੀ ਤੁਸੀਂ? ਅਸੀਂ ਪਿੰਡੋਂ, ਪਿੰਡ ਡੜਿਆਲ ਤੋਂ ਮੈਂ ਜਾ ਰਿਹਾ ਸੀ ਆਪਣੇ ਕੁੜਮਾਂ ਦੇ, ਮੇਰੇ ਵਕੀਲ ਦੇ ਲੜਕੇ ਦੇ ਸਾਲੇ ਦੀ ਮੈਰਿਜ ਸੀਗੀ ਮਲੇਰਕੋਟਲੇ। ਠੀਕ ਹੈ ਜੀ, ਪਰਸੋਂ ਦੀ ਮੈਰਿਜ ਸੀਗੀ, ਅੱਜ ਤਾਂ ਅੱਜ। ਰਹਿਣ ਵਾਲੇ ਕਿੱਥੇ ਤੇ? ਅਸੀਂ ਪਿੰਡ ਡੜਿਆਲ, ਜ਼ਿਲ੍ਹਾ ਹੁਸ਼ਿਆਰਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ। ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ? ਗੱਡੀ ਦਾ ਨੁਕਸਾਨ ਦੇਖੋ ਜੀ, ਕਾਫੀ ਹੈ, ਮੋਹਰਿਓਂ ਗੱਡੀ ਸਾਰੀ, ਬ੍ਰੇਕ ਸ਼ੀਸ਼ੇ ਟੁੱਟ ਗਏ ਹੈ, ਲਾਈਟਾਂ ਸਾਰੀਆਂ ਟੁੱਟ ਗਈਆਂ, ਖਿੜਕੀਆਂ ਸਾਰੀਆਂ ਬਰੋਕਨ ਆ। ਲੋਕਾਂ ਨੇ ਮਦਦ ਕੀਤੀ? ਲੋਕਾਂ ਨੇ ਪੂਰੀ ਮਦਦ ਕੀਤੀ, ਪਾਣੀ ਲੋਕਾਂ ਨੇ ਸਾਨੂੰ ਪਿਲਾਇਆ ਜੀ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਭਾਅ ਜੀ ਵਿਸ਼ਵਾਸ ਬੜਿਆਲ ਜੀ। ਕਿੱਥੇ ਰਹਿਣ ਵਾਲੇ ਭਾਅ ਜੀ? ਮੈਂ ਡੜਿਆਲੀ ਪਿੰਡ ਦਾ ਹਲਕਾ ਦਸੂਆ ਜੀ। ਹਲਕਾ ਦਸੂਆ, ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀਗੇ? ਆਪਾਂ ਦਸੂਏ ਤੋਂ ਆਉਂਦੇ ਪਏ ਸੀਗੇ, ਮਲੇਰਕੋਟਲੇ ਜਾਣਾ ਸੀਗਾ। ਅੱਛਾ ਜੀ, ਅਤੇ ਇੱਧਰੋਂ ਦਾ, ਇੱਧਰੋਂ ਅਸੀਂ ਆਉਂਦੇ ਪਏ ਸੀ ਦਸੂਏ ਵਾਲੀ ਸਾਈਡ ਤੋਂ। ਅੱਛਾ ਜੀ, ਅਤੇ ਜਦੋਂ ਆਪਾਂ ਸੈਂਚਰੀ ਕਰੋਸ ਕੀਤੀ ਹੈ ਕੱਸੀਪੁਰ ਪਿੰਡ ਲਾਗੇ, ਇੱਧਰੋਂ ਜੱਕਦਮ 5-7 ਮੱਝਾਂ ਦੌੜੀਆਂ ਦੌੜੀਆਂ ਆਈਆਂ, ਉਹ ਮੱਝਾਂ ਨੂੰ ਬਚਾਉਂਦੇ ਬਚਾਉਂਦੇ ਗੱਡੀ ਪੁੱਠੀ ਹੋ ਗਈ ਜੀ। ਅੱਛਾ ਜੀ, ਕੋਈ ਨੁਕਸਾਨ ਤਾਂ ਨਹੀਂ, ਬਚਾਅ ਹੋ ਗਿਆ? ਹਾਂਜੀ ਹਾਂਜੀ, ਬਚਾਅ ਹੋ ਗਿਆ। ਨਹੀਂ ਨਹੀਂ, ਗੁੱਜਰਾਂ ਦੀਆਂ ਮੱਝਾਂ ਸੀਗੀਆਂ ਜੀ, ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਗੁੱਜਰਾਂ ਨੂੰ ਕੀ ਮੱਝਾਂ ਕਿ ਰੋਡ 'ਤੇ ਜਦੋਂ ਆਪਾਂ ਹਾਈਵੇ 'ਤੇ ਲੈ ਕੇ ਜਾਣੀ ਹੈ ਕਿੱਦਾਂ ਲੈ ਕੇ ਜਾਣੀ ਹੈ। ਜੱਕਦਮ ਆ ਗਿਆ, ਫਿਰ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਜੀ। ਗੱਡੀ ਹੁਣ ਪਲਟ ਗਈ? ਹਾਂਜੀ ਹਾਂਜੀ, ਨੁਕਸਾਨ ਹੋ ਗਿਆ ਗੱਡੀ ਦਾ ਭਾਅ ਜੀ, ਹੁਣ ਇੰਸ਼ੋਰੈਂਸ ਵਾਲੇ ਦੱਸਣਗੇ। ਬਾਕੀ ਇਹ ਹੈ ਕਿ ਉਹ ਗੁੱਜਰੀ ਬਿਠਾਈ ਆ ਜਿਨ੍ਹਾਂ ਦੀਆਂ ਮੱਝਾਂ ਸੀਗੀਆਂ, ਬਾਕੀ ਉਹ ਦੌੜ ਗਏ ਸੀਗੇ, ਇੱਕ ਇਹ ਕਾਬੂ ਕੀਤੀ ਹੈ ਗੁੱਜਰੀ। ਯਾਨੀ ਗੱਡੀ ਤੁਹਾਡੀ ਪਲਟ ਗਈ, ਤੁਹਾਨੂੰ ਕੱਢਣ ਦੀ ਬਜਾਏ? ਨਹੀਂ ਨਹੀਂ, ਉਹ ਦੌੜ ਗਏ ਆ, ਤੁਹਾਨੂੰ ਛੱਡ ਕੇ ਦੌੜ? ਹਾਂਜੀ ਹਾਂਜੀ ਹਾਂਜੀ, ਦੌੜ ਕੇ ਜਾਣੀ ਹੈ ਜੀ। ਹੁਣ ਪੁਲਿਸ ਨੂੰ ਇਤਲਾਹ ਕਰਤੀ ਹੈ ਜੀ? ਹਾਂਜੀ ਹਾਂਜੀ, ਪੁਲਿਸ ਨੂੰ ਫੋਨ ਕੀਤਾ ਹੈ ਜੀ, ਐਮਰਜੈਂਸੀ, ਉਹ ਕਹਿੰਦੇ ਭੇਜਦੇ ਆ ਥਾਣੇ ਵਾਲੇ ਜੀ। ਠੀਕ ਹੈ ਜੀ, ਅਤੇ ਕਿੰਨੇ ਜਣੇ ਸੀਗੇ ਤੁਸੀਂ? ਅਸੀਂ 4 ਜਣੇ ਜੀ ਸੀਗੇ ਜੀ। ਠੀਕ ਹੈ, ਕੋਈ ਸੱਟ ਚੋਟ ਵੀ ਲੱਗ ਗਈ ਹੈ? ਹਾਂਜੀ, ਮਾਤਾ ਉਹਨਾਂ ਦੇ ਉੱਦਾਂ ਦਾ ਬਚਾਅ ਹੈ ਜੀ, ਪਰ ਇਹਨਾਂ ਨੂੰ ਗੁੱਝੀਆਂ ਸੱਟਾਂ ਲੱਗੀਆਂ। ਅਕਸਰ ਦੇਖਦੇ ਆ ਕਿ ਡੀਸੀ ਸਾਹਿਬ ਵੱਲੋਂ ਸਮੇਂ ਸਮੇਂ ਤੇ ਪ੍ਰੈਸ ਨੋਟ ਜਾਰੀ ਕੀਤੇ ਜਾਂਦੇ ਆ। ਬਿਲਕੁਲ ਬਿਲਕੁਲ, ਹਾਈਵੇਜ਼ ਤੇ ਪਿੰਡਾਂ ਦੀਆਂ ਡੰਡੀਆਂ ਤੇ ਇਹ ਇਸ ਤਰ੍ਹਾਂ ਪਸ਼ੂ ਚਰਾਣੇ ਅਲਾਊਡ ਨਹੀਂ ਹੈਗੇ। ਸੁਪਰੀਮ ਕੋਰਟ ਦੀ ਜੱਜਮੈਂਟ ਆ ਜੀ, ਲੈ ਕੇ ਨਹੀਂ ਜਾ ਸਕਦੇ ਬਾਈ ਰੋਡ ਜੀ, ਜਿੰਨੇ ਜਿਹੜੇ ਵੀ ਕਟਲਸ ਵਾਲੇ ਹੈਗੇ ਆ, ਕਟਲਸ ਫੈਲੋ ਵਾਲੇ ਲੈ ਕੇ ਨਹੀਂ ਜਾ ਸਕਦੇ। ਪਰ ਹਾਂਜੀ ਹਾਂਜੀ ਭਾਅ ਜੀ, ਮੈਂ ਪੇਸ਼ੇ ਤੋਂ ਵਕੀਲ ਹਾਂ। ਹਾਂਜੀ ਸਰ, ਤੇ ਕੀ ਤੁਹਾਨੂੰ ਤਾਂ ਕਾਨੂੰਨ ਦਾ ਸਾਰਾ ਪਤਾ, ਫਿਰ ਵੀ ਹੁਣ ਕੀ ਇਹਨਾਂ ਤੇ ਲੱਗਦਾ ਵੀ ਹੋਣਾ ਚਾਹੀਦਾ? ਹੁਣ ਇਹਨਾਂ ਤੋਂ ਜੋ ਨੁਕਸਾਨ ਹੋਇਆ ਭਰਪਾਈ ਕਰਾਂਗੇ, ਨਹੀਂ ਤਾਂ ਫਿਰ ਇਹਨਾਂ ਤੇ ਲੀਗਲੀ ਮੇਨ ਰੋਡ ਤੇ ਚੜ੍ਹਨ ਤੋਂ ਪਹਿਲਾਂ ਜਦ ਤਾਂ 10 ਬੰਦੇ ਨਾਲ ਪੇਰੈਂਟਸ ਸੀਗੇ? ਹਾਂਜੀ ਹਾਂਜੀ, ਮੇਰੇ ਨਾਲ ਪੇਰੈਂਟਸ ਸੀਗੇ, ਮੇਰੀ ਫੈਮਿਲੀ ਸੀਗੀ। ਹਾਂਜੀ ਸਰ, ਇੱਕ ਅੱਜ ਹਾਦਸਾ ਹੋਇਆ ਹੈਗਾ ਜੀ, ਉਹਦੇ ਹਾਦਸੇ ਬਾਰੇ ਕੀ ਇਨਫੋਰਮੇਸ਼ਨ ਹੈ, ਕਿੱਥੇ ਹੋਇਆ ਜੀ? ਅੱਜ ਇੱਕ ਸਾਨੂੰ ਟੈਲੀਫੋਨ ਆਇਆ ਸੀਗਾ ਕਾਸੀਪੁਰ ਤੋਂ ਵੀ ਇੱਥੇ ਕੋਈ ਮੱਝਾਂ ਦੇ ਵਿੱਚ ਦਸੂਏ ਵੱਲੋਂ ਆ ਰਹੇ ਸੀ ਜਸਵੰਤ ਸਿੰਘ ਸਨ ਅਭਿਸ਼ੇਕ ਸਿੰਘ ਵਾਸੀ ਡੜਿਆਲ, ਵੀ ਉਹਨਾਂ ਦੀ ਜੀਪ ਜਿਹੜੀ ਆ ਡੰਗਰਾਂ ਦੇ ਨਾਲ ਸੜਕ 'ਤੇ ਜਾ ਰਹੇ ਸੀ, ਉਹਨਾਂ ਦੇ ਟਕਰਾ ਗਈ ਆ ਅਤੇ ਪਲਟ ਗਈ ਆ। ਅਤੇ ਫਿਰ ਅਸੀਂ ਏ ਸੀ ਸਤਨਾਮ ਸਿੰਘ ਸਾਡੇ ਡਿਊਟੀ ਅਫਸਰ ਜਿਹੜੇ ਮੌਕੇ 'ਤੇ ਪਹੁੰਚੇ ਆ, ਜਾ ਕੇ ਉਹਨਾਂ ਨੇ ਉਹ ਗੱਡੀ ਸਿੱਧੀ ਕਰਾਈ ਅਤੇ ਜਿਹੜੇ ਜ਼ਖਮੀ ਸੀਗੇ, ਕੋਈ ਲੇਡੀ ਜ਼ਿਆਦਾ ਨਹੀਂ ਸੀ, ਠੀਕ ਥੋੜ੍ਹੇ ਜਿਹੇ ਹੋ ਗਏ ਸੀਗੇ, ਇੰਜਰਡ ਹੋ ਗਏ ਸੀਗੇ, ਉਹਨਾਂ ਨੂੰ
ਡੰਗਰਾਂ ਵਾਲੇ ਉੱਥੋਂ ਨਿਕਲ ਗਏ ਸੀ, ਉਹਨਾਂ ਦੀ ਪਤਾ ਕਰ ਰਹੇ ਆ ਵੀ ਕਿਹੜੇ ਬੰਦੇ ਦੇ ਸੀਗੇ ਉਹ ਡੰਗਰ, ਅਤੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਬੁਲਾ ਕੇ ਅਤੇ ਜਿਹੜੀ ਆ ਜੀਪ ਵਾਲੀ ਪਾਰਟੀ ਉਹਨਾਂ ਦੀ ਹੱਕ ਰਸੀ ਕਰਾਈ ਜਾਊਗੀ। ਹਾਂਜੀ।